हमेशा कोशिश कीती है कि पंजाबी संगीत जगत विच कुछ निवेकेला ते वखरा पेश करन दीआं कुड़ियां ने अज हर खेत्र विच मल्ला मार लईआं ने, जो साडे पंजाब लई बहुत माण वाली गल है। साडी चैनल दी कोशिश इही हुंदी है कि इहो जिहे चेहरे अपने चैनल ते दिखा के पंजाबणा ते मनोबल नूं उच्चा चुकण दी। इसे तरह की नौवीं क्लास की विद्यार्थी ने दूरदर्शन समेत होरना चैनलों के गीत गा के दर्शकों की वाह वाह खट्टी है ते उत्थे ही कई मैडल अते मान सम्मान भी हासिल किए ने। जे तुहानू भी यह गाना चंगा लगा तो दिल खोल के शेयर कर दिओ। तुहाडी हल्लाशेरी तो वड्डी चीज कुछ भी नहीं, तुसी भी सुनो सुरीली आवाज विच इस लड़की दे कुछ खास गीत। हाँ जी भाजी, की नाम जी? मेरा अमन शर्मा भाई। कितों दे रहन वाले? तन तन जी। ते बेटी दा ताडी दा की नाम? मन्नत शर्मा। ते किस तरह दा जड़ा महसूस हुंदा जदों वे अपने जड़े या गीत गा के ते दर्शकां तक जां लोकां तक पहुंचाउंदी है? बड़ा माण महसूस हुंदा, फखर नाल सीना जोड़ा हो जांदा कि साडी बेटी दा वी नाम इहदी वजह करके सानूं वी कोई जानदा। किन्नी देर हो गई इहनां नूं? 4-5 साल हो गए। ਇਹਨਾਂ ਦੀ ਕੋਈ ਕੈਸਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ? ਨਹੀਂ, ਕੈਸਟ ਤਾਂ ਨਹੀਂ ਕੋਈ ਹੈਗੀ। ਇਹਨਾਂ ਨੇ ਪਾਰਟੀਸਪੈਂਟ ਕੀਤਾ ਸੀ KKHD ਦੂਰਦਰਸ਼ਨ ਦੇ ਹੁੰਦੇ, ਉਹ 'ਚ ਇਹਨੇ ਸੈਮੀਫਾਈਨਲ ਮਤਲਬ ਸੈਕਿੰਡ ਰਨਰ ਅਪ ਰਹੀ ਸੀ। ਰਿਐਲਿਟੀ ਸ਼ੋਅ ਆ KKHD ਕਿਸਮੇ ਕਿਤਨਾ ਹੈ ਦਮ। ਇਹ ਕਿਹੜੇ ਚੈਨਲ 'ਤੇ ਚੱਲਦਾ ਸੀ? DD1 'ਤੇ। DD1 'ਤੇ ਉੱਥੇ ਫਿਰ ਕਿਸ ਤਰ੍ਹਾਂ ਦਾ ਜਿਹੜਾ ਰਿਸਪੋਂਸ ਮਿਲਿਆ ਇਹਨਾਂ ਨੂੰ? ਬਹੁਤ ਵਧੀਆ, ਇਸ ਸੈਕਿੰਡ ਰਨਰ ਅਪ ਆਈ ਸੀ, ਪਹਿਲੀ ਵਾਰੀ ਪਰਫੋਰਮੈਂਸ। ਇਸ ਤੋਂ ਇਲਾਵਾ ਜਿਹੜੇ ਕੋਈ ਮਾਨ ਸਨਮਾਨ ਇਹਨਾਂ ਨੂੰ? ਬਾਕੀ ਇਹਨਾਂ ਦੇ ਸਕੂਲ 'ਚ ਵਗੈਰਾ ਵੀ ਇਸ ਤਰ੍ਹਾਂ ਕੋਈ ਵੀ ਬੁਲਾਉਂਦਾ, ਮੰਦਰ ਵਗੈਰਾ ਸਾਰੇ ਪਾਰਟੀਸਪੇਟ ਕਰਦੀ, ਪਹਿਲੇ ਨੰਬਰ 'ਤੇ ਆਈ। ਜੋ ਵੀ ਕਈ ਇੱਥੇ ਕੀਰਤਨ ਵਗੈਰਾ ਜਾਂ ਸਾਈਂ ਸੰਧਿਆ ਵਗੈਰਾ ਜੋ ਵੀ ਹੁੰਦਾ ਸਾਰੇ ਇਹਨੂੰ ਬੁਲਾਉਂਦੇ ਨੇ। ਧੰਨਵਾਦ। ਅਤੇ ਕੀ ਕਹਿਣਾ ਚਾਹੁੰਦੇ ਹੋ ਬੇਟੀ ਬਾਰੇ? ਬੇਟੀ ਬਾਰੇ ਇਹੀ ਕਹਿਣਾ ਚਾਹੁੰਦੀ ਹੈ ਕਿ ਚਲੋ ਇਹ ਹਰ ਜਗ੍ਹਾ ਪਾਰਟੀਸਪੇਟ ਕਰੇ ਔਰ ਸਾਡਾ ਨਾਮ ਰੋਸ਼ਨ ਕਰੇ। ਸ਼ੁਰੂ ਤੋਂ ਹੀ ਇਹੀ ਖਵਾਹਿਸ਼ ਸੀ ਕਿ ਇਸ ਲਾਈਨ ਦੇ ਵਿੱਚ ਆਏ ਔਰ ਕਲਾਕਾਰ ਬਣੇ। ਜਿਸ ਤਰ੍ਹਾਂ ਬਹੁਤੇ ਲੋਕਾਂ ਦਾ ਨਹੀਂ ਹੁੰਦਾ ਵੀ ਜਿਹੜੀਆਂ ਬੇਟੀਆਂ ਇਸ ਲਾਈਨ ਨੂੰ ਚੁਣਨ, ਅਤੇ ਤੁਹਾਨੂੰ ਕਿੱਦਾਂ ਜਿਹੜਾ ਇਹ ਲੱਗਦਾ? ਨਹੀਂ, ਇਹ ਅੱਜ ਕੱਲ੍ਹ ਦੇ ਭਾਜੀ ਬਿਲਕੁਲ ਗਲਤ ਗੱਲ ਹੈ ਕਿ ਬੇਟੀਆਂ ਨੂੰ ਪਿੱਛੇ ਰੱਖਣਾ। ਅਗਰ ਪੇਰੈਂਟਸ ਹੀ ਸਪੋਰਟ ਨਹੀਂ ਕਰਨਗੇ ਤਾਂ ਬੇਟੀਆਂ ਅੱਗੇ ਕਿਸ ਤਰ੍ਹਾਂ ਜਾਣਗੀਆਂ? ਇਸ ਕਰਕੇ ਅਸੀਂ ਪੇਰੈਂਟਸ ਫੁੱਲ ਸਪੋਰਟ ਕਰਦੇ ਹਾਂ ਕਿ ਇਹ ਅੱਗੇ ਵਧੇ। ਇਹ ਕਿੰਨਵੀਂ ਕਲਾਸ ਦੀ ਜਿਹੜੀ ਆ ਵਿਦਿਆਰਥਣ ਬੇਟੀ? ਇਹ ਨੌਵੀਂ ਕਲਾਸ 'ਚ। ਅੱਛਾ, ਅਤੇ ਕਿੰਨੇ ਕੁ ਜਿਹੜੇ ਅੱਗੇ ਗੀਤ ਗਾ ਚੁੱਕੇ ਜਾਂ ਮਾਣ ਸਨਮਾਨ ਇਹਨਾਂ ਦਾ ਹੋਇਆ? ਹਾਂਜੀ, ਆਪਣਾ ਲੋਕਲ ਹੈ, ਲੋਕਲ ਪ੍ਰੋਗਰਾਮ ਦੇ ਵਿੱਚ ਜਾਂਦੀ ਹੈ, ਸਕੂਲ ਵੱਲੋਂ ਜਾਂਦੀ ਹੈ ਜਾਂ ਪ੍ਰਾਈਵੇਟ ਟੀਚਰਸ ਵੱਲੋਂ ਲੈ ਕੇ ਜਾਂਦੇ ਨੇ, ਅਤੇ ਬਹੁਤ ਜ਼ਿਆਦਾ ਸਰਟੀਫਿਕੇਟ ਵਗੈਰਾ ਮੈਡਲਸ ਬਹੁਤ ਜ਼ਿਆਦਾ ਇਹਨੇ ਹਾਸਿਲ ਕੀਤੇ। ਕੋਈ ਮੰਗ ਕਰਦੇ ਹੋ ਸਰਕਾਰ ਤੋਂ ਇਸ ਬਾਰੇ? ਸਰਕਾਰ ਤੋਂ ਕੀ ਸਪੋਰਟ ਜਿਹੜੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਬੱਚਿਆਂ ਨੂੰ ਜਿਹੜਾ ਅੱਗੇ ਲੈ ਕੇ ਆਉਣ ਸਕੂਲਾਂ ਕਾਲਜਾਂ ਦੇ ਵਿੱਚ? ਹਾਂਜੀ ਹਾਂਜੀ, ਕਿ ਸਾਡੇ ਕਿ ਮਿਡਲ ਕਲਾਸ ਦੇ ਲੋਕ ਮਤਲਬ ਮਿਡਲ ਕਲਾਸ ਘਰਾਂ ਦੇ ਬੱਚੇ ਵੀ ਅੱਗੇ ਜਾਣ। ਬਿਲਕੁਲ। ਗਾਇਕੀ ਨਾਲ ਤੁਸੀਂ ਜੁੜੇ ਹੋ, ਕਿੰਨਾ ਦੇਰ ਹੋ ਗਈ ਤੁਹਾਨੂੰ ਜੁੜਿਆ ਨੂੰ? 4-5 ਸਾਲ ਹੋ ਗਏ ਨੇ। ਅਤੇ ਕੀ ਕਿਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਗੀਤ ਪਸੰਦ ਆ ਗਾਉਣ ਵਿੱਚ? ਸੂਫੀ ਗਾਇਕੀ, ਕਲਾਸੀਕਲ ਵਗੈਰਾ। ਇਸ ਤੁਸੀਂ ਸਿੱਖੇ ਕਿ ਜਾਂ ਵੈਸੇ ਹੀ? ਨਹੀਂ, ਸਿੱਖੇ ਹੋਏ। ਕਿੰਨੀ ਦੇਰ ਹੋ ਗਈ ਸਿੱਖਦਿਆਂ ਨੂੰ? 4-5 ਸਾਲ ਹੋ ਗਏ। ਆਵਾਜ਼ ਤੁਹਾਡੀ ਵਧੀਆ, ਕਦੀ ਸਕੂਲ ਜਾਂ ਕਾਲਜ ਜਾਂ ਕਦੀ ਕਿਸੇ ਫੈਕਸ਼ਨ ਦੇ ਵਿੱਚੋਂ ਮਾਨ ਸਨਮਾਨ ਤੁਹਾਨੂੰ? ਹਾਂਜੀ, ਪਾਰਟੀਸਪੇਟ ਕੀਤਾ ਹੋਇਆ ਹਰ ਇੱਕ ਜਗ੍ਹਾ 'ਤੇ।
ਅਤੇ ਕਿੰਨੇ ਕੁ ਜਿਹੜੇ ਉਹ ਤੁਹਾਨੂੰ ਜਿਹੜੇ ਅਵਾਰਡ ਜਾਂ ਜਿਹੜੀ ਆ ਕਿਸ ਤਰ੍ਹਾਂ ਦੀ ਜਿਹੜੀ ਆ ਲੋਕਾਂ ਦੀ ਜਿਹੜੀ ਆ ਰਿਸਪੋਂਸ ਕਿਸ ਤਰ੍ਹਾਂ ਦਾ ਮਿਲਦਾ? ਅਵਾਰਡ ਵਗੈਰਾ ਮਿਲੇ ਹੋਏ ਨੇ ਬਹੁਤ ਜ਼ਿਆਦਾ। ਅਤੇ ਕੀ ਤੁਸੀਂ ਕੀ ਅੱਗੇ ਕੀ ਕਰਨਾ ਚਾਹੁੰਦੇ ਹੋ? ਇਸੇ ਲਾਈਨ ਵਿੱਚ ਅੱਗੇ ਦੀ ਸਟੱਡੀ ਕਰਨਾ ਚਾਹੁੰਦੇ ਹਾਂ ਪੂਰੀ। ਮੰਮਾ ਪਾਪਾ ਦਾ ਸਾਰੇ ਆਪਣੇ ਘਰਦਿਆਂ ਦਾ ਨਾਮ ਅੱਗੇ ਕਰਨਾ ਚਾਹੁੰਦੇ ਹਾਂ। ਅਤੇ ਪਰਿਵਾਰ ਦੇ ਵਿੱਚ ਕੌਣ ਕੌਣ ਆ? ਪਰਿਵਾਰ ਵਿੱਚ ਸਾਡੀ ਜੁਆਇੰਟ ਫੈਮਿਲੀ ਹੈਗੀ ਨੇ, ਮੰਮਾ ਪਾਪਾ ਔਰ ਮੇਰਾ ਬ੍ਰਦਰ ਆ ਛੋਟਾ, ਅਤੇ ਹੋਰ ਵੀ ਜੁਆਇੰਟ ਫੈਮਿਲੀ ਸਾਰੀ। ਕਦੀ ਮੰਮਾ ਪਾਪਾ ਨੇ ਇਹ ਨਹੀਂ ਕਿਹਾ ਵੀ ਤੁਸੀਂ ਗਾਉਂਦੇ ਹੋ ਲੈਣ ਵਧੀਆ ਨਹੀਂ ਗੀ ਜਾਂ? ਨਹੀਂ, ਇਹ ਮੰਮਾ ਪਾਪਾ ਦਾ ਹੀ ਪਹਿਲਾਂ ਸ਼ੌਂਕ ਸੀ, ਉਹਨਾਂ ਤੋਂ ਹੀ ਮੈਨੂੰ ਆਇਆ ਹੋਇਆ ਨੇ। ਅੱਜ ਕੱਲ੍ਹ ਜਿੱਦਾਂ ਦਾ ਆਪਾਂ ਵੇਖਦੇ ਹਾਂ ਵੀ ਕੁੜੀਆਂ ਨੂੰ ਜਿਹੜਾ ਇਸ ਲਾਈਨ ਦੇ ਵਿੱਚ ਘੱਟ ਲੋਕ ਜਿਹੜਾ ਜਾਣ ਦਿੰਦੇ ਆ। ਨਹੀਂ ਨਹੀਂ, ਇਹ ਮੇਰੇ ਮੰਮਾ ਪਾਪਾ ਤੋਂ ਹੀ ਮੈਨੂੰ ਸ਼ੌਂਕ ਹੈਗਾ ਆ, ਉਹਨਾਂ ਨੂੰ ਸੀਗਾ, ਉਹਨਾਂ ਤੋਂ ਹੀ ਮੈਨੂੰ ਹੈਗਾ ਆ। ਅੱਛਾ ਜੀ, ਉਹ ਵੀ ਜਿਹੜੀ ਆ ਸ਼ੌਂਕ ਰੱਖਦੇ ਇਸ ਚੀਜ਼ ਦਾ? ਹਾਂਜੀ। ਅਤੇ ਤੁਹਾਡਾ ਜਿਹੜਾ ਇਸ ਤੋਂ ਇਲਾਵਾ ਕੋਈ ਉਸਤਾਦ ਜਿਹੜਾ ਤੁਹਾਨੂੰ ਸਿੱਖਿਆ ਦਿੰਦਾ ਹੋਵੇ? ਅੰਮ੍ਰਿਤਸਰ ਤੋਂ ਸਰ ਮਨੀਸ਼ ਅਰੋੜਾ ਸਰ। ਅੱਛਾ, ਇਸ ਤੋਂ ਇਲਾਵਾ ਹੋਰ ਕਿਸੇ ਦੀ ਸਪੋਰਟ? ਸਾਰੀ ਫੈਮਿਲੀ ਦੀ ਸਪੋਰਟ। ਸਕੂਲ ਦੇ ਵਿੱਚ ਜਦੋਂ ਤੁਸੀਂ ਇਸ ਤਰ੍ਹਾਂ ਆਪਣਾ ਗੀਤ ਗਾਉਂਦੇ ਹੋ ਫਿਰ ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਮਿਲਦਾ? ਬਹੁਤ ਵਧੀਆ ਰਿਸਪੌਂਸ ਮਿਲਦਾ ਹੈ, ਸਾਰੇ ਸਪੋਰਟ ਕਰਦੇ ਨੇ। ਹੋਰ ਵੀ ਲੜਕੀਆਂ ਉੱਥੇ ਗਾਉਂਦੀਆਂ? ਹਾਂਜੀ। ਅਤੇ ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਨਾਮ ਤੁਹਾਡਾ ਹੀ ਆਉਂਦਾ ਫਿਰ? ਹਾਂਜੀ। ਸ਼ੁਕਰੀਆ।